ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਪਿਆਰੇ ਭਾਈ ਕੀ ਹਾਲ ਹੈ? ਠੀਕ ਠਾਕ ਦੇ ਨਾਮ। ਸਭ ਤੋਂ ਪਹਿਲਾਂ ਆਪਦਾ ਨਾਂ ਦੱਸੋ। ਹਾਂ, ਨਿਆਜ਼ ਅਹਿਮਦ। ਭਾਈ ਨਿਆਜ਼ ਸਾਹਿਬ, ਆਪਾਂ ਕਿਹੜੇ ਇਲਾਕੇ ਲੱਗੇ ਫਿਰਦੇ ਹਾਂ? ਤਹਿਸੀਲ ਦੀਪਾਲਪੁਰ। ਤਹਿਸੀਲ ਦੀਪਾਲਪੁਰ, ਜ਼ਿਲ੍ਹਾ ਉਕਾੜਾ। ਹਾਂਜੀ, ਦੀਪਾਲਪੁਰ ਸ਼ਹਿਰ ਦੇ ਬਾਹਰਲੀ ਸਾਈਡ ਤੋਂ ਆਪਾਂ ਘੁੰਮ ਰਹੇ ਹਾਂ। ਹਾਂਜੀ ਹਾਂਜੀ। ਅੱਛਾ, ਮੈਂ ਆਪਣੇ ਸੋਹਣੇ ਵੀਰ ਕੋਲ ਪੁੱਛਣਾ, ਆਪਣੇ ਭੇਡਾਂ ਅਤੇ ਬੱਕਰੀਆਂ ਟੋਟਲ ਕਿੰਨੀਆਂ ਨੇ? 100 ਪਾਰੋ। 100 ਜਾਨਵਰ ਨੇ? ਹਾਂਜੀ। ਅੱਛਾ, ਇਹ 100 ਜਾਨਵਰ ਤੁਸੀਂ ਕਾਰੋਬਾਰ ਕਰ ਰਹੇ ਜੇ, ਕਿੰਨੇ ਅਰਸੇ ਦਰਾਜ਼ ਤੋਂ ਮੇਰਾ ਸੋਹਣਾ ਵੀਰ ਕਰ ਰਿਹਾ? ਦਾਦੇ ਪੜਦਾਦੇ ਲਾਉਣ ਚਲਾਉਣ ਲੱਗੇ ਨੇ। ਦਾਦੇ ਪੜਦਾਦੇ ਲੈ ਤੁਹਾਡਾ ਇਹ ਕੰਮ ਕਰ ਰਿਹਾ ਜੀ? ਬਿਲਕੁਲ ਜੀ। ਤੇ ਤੁਸੀਂ ਕਦੋਂ ਦੇ ਕਰ ਰਹੇ ਜੀ? ਅਸੀਂ ਬਚਪਨ ਤੋਂ ਕਰ ਰਹੇ ਹਾਂ। ਸਕੂਲ ਨਹੀਂ ਪੜਿਆ? ਨਹੀਂ ਜੀ, ਨਹੀਂ ਪੜਿਆ। ਅੱਛਾ ਅੱਛਾ, ਚਲੋ ਸਹੀ ਹੋ ਗਿਆ। ਅੱਛਾ, ਮੈਂ ਹੁਣ ਆਪਣੇ ਭਰਾ ਕੋਲ ਇਹ ਪੁੱਛਣਾ, ਜਦੋਂ ਤੁਸੀਂ ਦਾਦੇ ਪੜਦਾਦੇ ਤੁਹਾਡੇ ਦੇ ਕੰਮ ਕਰਦੇ ਰਹੇ, ਹਾਂਜੀ, ਜਦੋਂ ਤੁਸੀਂ ਇਸ ਫੀਲਡ 'ਚ ਆਏ, ਹਾਂਜੀ, ਯਾਨੀ ਕਿ ਜਦੋਂ ਤੁਸੀਂ ਇਸ ਬੱਕਰੀਆਂ ਭੇਡਾਂ ਚਲਾਉਣ ਵਾਸਤੇ ਆਏ, ਹਾਂਜੀ ਹਾਂਜੀ, ਉਹਲੇ ਤੁਸੀਂ ਕਿੰਨੀਆਂ ਕੁ ਭੇਡਾਂ ਇਹ ਤੁਹਾਨੂੰ ਸੰਭਾਲਾ ਹੋਵੇਗਾ? ਹਾਂਜੀ। ਤਕਰੀਬਨ ਕਿੰਨੀਆਂ ਕੁ ਭੇਡਾਂ? ਹਾਂ, 60-70 ਬਾਰੂ ਆ। 60-70 ਬਾਰੂ? ਹਾਂਜੀ, ਉਦੋਂ ਸੀ। ਬਿਲਕੁਲ ਜੀ। ਇਸ ਤੋਂ ਇਲਾਵਾ ਵੀ ਕੋਈ ਕੰਮ ਕਰਦੇ ਜੇ? ਨਹੀਂ ਜੀ, ਸਿਰਫ ਭੇਡਾਂ ਦੇ? ਭੇਡਾਂ ਬੱਕਰੀਆਂ ਦੇ। ਅੱਛਾ, 60-70 ਬਾਰੂ ਸੀ, ਤਕਰੀਬਨ ਤੁਹਾਡੀ ਉਮਰ ਹੋ ਗਈ ਹੁਣ 30-35 ਸਾਲ? ਬਿਲਕੁਲ ਜੀ, ਇੰਨੀ ਉਮਰ ਹੈਗੀ। ਬਿਲਕੁਲ ਜੀ। ਉਦੋਂ 40 ਭੇਡਾਂ ਵਧੀਆਂ ਨੇ, ਆਇਆ ਕਿ ਤੁਹਾਡਾ ਕੀ ਤਰੀਕਾਕਾਰ ਹੈ? ਇਹ ਤੁਸੀਂ ਬਣਾਉਂਦੇ ਰਹੇ, ਵਧਦੀਆਂ ਨਹੀਂ, ਵੇਚਦੇ ਰਹੇ ਜੇ, ਕੀ ਹਿਸਾਬ ਕਰਦੇ ਰਹੇ? ਸਾਰਾ ਮੁਗਾਠਾ ਵਾਧਾ ਵਿੱਚ ਬੱਚੇ ਵੀ ਸਾਹਮਣੇ ਪੈਣਾ, ਬਿਰਾਵਾਂ ਨਾਲ ਵਰਤਣਾ ਸਾਰਾ ਕਰਨਾ ਪਾਉਂਦਾ ਹੈ। ਅੱਛਾ ਅੱਛਾ, ਬਿਲਕੁਲ, ਯਾਨੀ ਕਿ ਬੱਚਿਆਂ ਦੇ ਸ਼ਾਦੀ ਸ਼ੁਦੀ? ਬਿਲਕੁਲ ਜੀ। ਭੈਣਾਂ ਭਰਾਵਾਂ ਦੀ? ਬਿਲਕੁਲ। ਫਿਰ ਉਸ ਤੋਂ ਬਾਅਦ ਘਰ ਦੇ ਖਰਚੇ? ਬਿਲਕੁਲ ਜੀ। ਅੱਛਾ ਅੱਛਾ, ਸਹੀ ਹੋ ਗਿਆ ਜੀ। ਮੈਂ ਆਪਦੇ ਭਰਾ ਇਸ ਵਾਸਤੇ ਤਫਸੀਲ ਨਾਲ ਪੁੱਛ ਰਿਹਾ ਤਾਂ ਕਿ ਮੇਰੇ ਭਰਾਵਾਂ ਨੂੰ ਗੱਲ ਦੀ ਸਮਝ ਆ ਜਾਏ। ਬਿਲਕੁਲ। ਅੱਛਾ, ਜਦੋਂ ਇਹ ਹੁਣ ਸਾਹ ਇੰਨਾ ਅਰਸਾ ਜ਼ਿੰਦਗੀ ਦਾ ਹਰ ਹਿੱਸਾ ਤੁਹਾਡਾ ਗੁਜ਼ਰ ਗਿਆ ਇਸ ਭੇਡਾਂ ਦੇ ਕਾਰੋਬਾਰ ਦੇ ਵਿੱਚ, ਹਾਂਜੀ, ਅਤੇ ਜਦੋਂ ਤੁਸੀਂ ਉਹ ਭੇਡਾਂ 60-70 ਜੋ ਲਈਆਂ ਹਨ, ਹਾਂਜੀ, ਉਦੋਂ ਭੇਡ ਕਿੰਨੇ ਮਿਲਦੀ ਸੀ ਅਤੇ ਬੱਕਰੀ? ਉਦੋਂ ਲੱਭ ਜਾਂਦੀ 400-500 ਦੀ। 400-500 ਦੀ ਭੇਡ ਲੱਭਦੀ ਸੀ? ਹਾਂਜੀ, ਚੰਗੀ ਤੋਂ ਚੰਗੀ ਭੇਡ। ਅਤੇ ਹੁਣ ਕਿੰਨੇ ਦੀ ਜਾ ਰਹੀ ਭੇਡ? ਕਿੰਨੇ ਮਿਲਦੀ ਹੁਣ? 18-19-20 ਹਜ਼ਾਰ ਕੀ ਜਾ ਰਹੀ? 18-19-20 ਹਜ਼ਾਰ ਦੀ? ਬਿਲਕੁਲ। ਅਤੇ ਬੱਕਰੀ ਕਿੰਨੇ ਦੀ ਮਿਲ ਜਾਂਦੀ? 25-30 ਹਜ਼ਾਰ ਦੀ ਬੱਕਰੀ ਮਿਲ ਜਾਂਦੀ ਚੰਗੀ। ਅੱਛਾ, ਤੁਸੀਂ ਇਸ ਟਾਈਮ ਜਿਵੇਂ ਜਿਸ ਤਰੀਕੇ ਮਾਸ਼ਾਅੱਲਾ ਆਪਣੇ 100 ਭੇਡ ਖੜੀ ਮੌਜੂਦ ਹੈ, ਹਾਂਜੀ, ਤੇ ਹੁਣ ਤੁਹਾਡਾ ਕੀ ਤਰੀਕਾਕਾਰ ਹੁੰਦਾ? ਮਿਸਾਲ ਇੱਕ ਭੇਡ ਸੁਣਦੀ ਹੈ, ਹਾਂਜੀ, ਕੋਈ 2 ਲੇਲੇ ਦੇ ਦਿੰਦੀ, ਕੋਈ 1 ਵੀ ਦੇ ਦਿੰਦੀ ਹੈ, ਹਾਂਜੀ ਹਾਂਜੀ, ਇਵੇਂ ਗੱਲ ਹੈ ਨਾ ਜੀ? ਹਾਂਜੀ ਹਾਂਜੀ। ਤੇ ਹੁਣ ਮੇਰਾ ਗੱਲ ਕਰਨ ਦਾ ਮਕਸਦ ਇਹ, ਭੀੜ ਭੇਡ ਸੁਣਨ ਤੋਂ ਬਾਅਦ ਉਹ ਲੇਲੀ ਹੁੰਦੀ ਜਾਂ ਲੇਲਾ ਹੁੰਦਾ, ਉਹ ਕਿੰਨੇ ਚਿਰ ਤਿਆਰ ਹੋ ਜਾਂਦਾ? ਉਹ 6 ਮਹੀਨੇ ਤਿਆਰ ਹੋ ਜਾਂਦਾ। 6 ਮਹੀਨਿਆਂ 'ਚ? ਬਿਲਕੁਲ ਜੀ। ਜਿਹੜਾ ਕੁਰਬਾਨੀ ਦੇ ਲੱਗਣ ਵਾਸਤੇ ਲੇਲਾ ਹੁੰਦਾ ਉਹ ਕਿੰਨੇ ਚਿਰ ਤਿਆਰ ਹੁੰਦਾ? ਉਹ 6 ਮਹੀਨਿਆਂ ਦਾ ਵੀ ਲੱਗ ਜਾਂਦਾ ਅਤੇ ਸਾਲ ਦਾ ਵੀ ਲੱਗ ਜਾਂਦਾ। ਸਾਲ ਦਾ ਵੀ ਲੱਗ ਜਾਂਦਾ। ਉਹ ਤੁਹਾਡਾ ਤਕਰੀਬਨ ਕਿੰਨੇ ਦਾ ਵਿਕ ਜਾਂਦਾ? ਉਹ ਸਾਡਾ ਵਿਕ ਜਾਂਦਾ 25-30 ਹਜ਼ਾਰ ਕਾ। ਅਤੇ ਇਵੇਂ ਬੱਕਰੀ ਦੀ ਗੱਲ ਤੁਹਾਡੇ ਪੁੱਛਣਾ, ਉਹਦਾ ਕੀ ਤਰੀਕਾਕਾਰ ਹੈ? ਉਹ ਕਿੰਨੇ? ਉਹ 1 ਸਾਲ ਦਾ 6 ਮਹੀਨਿਆਂ ਦਾ ਜਾਇਜ਼ ਹੁੰਦਾ ਬਕਰੀਦ ਤੇ। ਅੱਛਾ, ਉਹ ਵਿਕ ਜਾਂਦਾ 55-60 ਹਜ਼ਾਰ ਤਾਈਂ। 55-60 ਹਜ਼ਾਰ ਦਾ? ਬਿਲਕੁਲ ਜੀ, ਬੱਕਰੀ ਦਾ। ਹਾਂਜੀ। ਅੱਛਾ, ਤੁਹਾਡੀ ਕੋਈ ਐਸੀ ਭੇਡ ਹੋਵੇ ਜਿਹਦਾ ਸਭ ਤੋਂ ਜ਼ਿਆਦਾ ਦੁੱਧ ਹੋਵੇ ਜਾਂ ਬੱਕਰੀ ਹੋਵੇ? ਹਾਂਜੀ। ਕਿਹੜੀ ਚੌਕੀ ਭੇਡ ਦੁੱਧ ਦਿੰਦੀ? ਕਿੰਨੇ ਕਿਲੋ ਜ਼ਿਆਦਾ ਦਿੰਦੀ? 1.5 ਕਿਲੋ ਦੇ ਜਾਂਦੀ। ਅਤੇ ਬੱਕਰੀ? 3-4 ਕਿਲੋ ਦੇ ਜਾਂਦੀ। 3-4 ਕਿਲੋ ਦਿੰਦੀ ਹੈ? ਹਾਂਜੀ। ਅੱਛਾ ਅੱਛਾ, ਹੁਣ ਇੰਨੇ ਅਰਸੇ ਵਿੱਚ ਤੁਹਾਨੂੰ ਕੋਈ ਪਰੇਸ਼ਾਨੀ ਆਈ ਹੋਵੇ? ਨਹੀਂ ਜੀ। ਭੇਡਾਂ ਦੇ ਮਾਮਲੇ 'ਚ, ਬੱਕਰੀਆਂ ਮਾਮਲੇ 'ਚ ਖੁਦਾ ਨਾ ਖਾਸਤਾ 100 ਬਿਮਾਰ ਹੋ ਜਾਂਦੀ ਮੌਸਮੀ ਲਿਹਾਜ਼ ਨਾਲ? ਬਿਮਾਰ ਸ਼ਿਮਾਰ ਤਾਂ ਹੁੰਦੀਆਂ ਨੇ, ਡਾਕਟਰ ਸਾਹਿਬ ਤਾਂ ਇਲਾਜ ਕਰਾਏਗਾ। ਨਹੀਂ, ਮਸਲਾ ਹੁਣ ਬਿਮਾਰ ਹੋ ਗਈ ਬੱਕਰੀ ਜਾਂ ਭੇਡ, ਹਾਂਜੀ, ਯਕਦਮ ਸਰਦੀਆਂ ਜਿਵੇਂ ਅੱਜ ਕੱਲ੍ਹ ਸਰਦੀ ਆ ਰਹੀ ਹੈ, ਹਾਂਜੀ, ਤੇ ਇਹਦਾ ਤਿਆਰੀ ਪਹਿਲੇ ਟੀਕੇ ਲਵਾ ਲੈਂਦੇ ਜੇ ਜਾਂ ਉਸ ਤੋਂ ਬਾਅਦ ਜਦ ਬਿਮਾਰੀ ਦੇ ਵਿੱਚ ਹੀ ਲਵਾਉਂਦੇ ਜੇ? ਬਿਮਾਰੀ ਦੇ ਵਿੱਚ ਹੀ ਲਵਾ ਲਈਦੇ। ਬਿਮਾਰੀ ਦੇ ਵਿੱਚ ਲਵਾਉਂਦੇ? ਬਿਲਕੁਲ ਜੀ। ਅੱਜ ਤੱਕ ਤੁਹਾਡੀ ਕੋਈ ਬੱਕਰੀ ਜਾਂ ਭੇਡ ਵਾਧਾ ਘਟਾਲਾ ਨੂੰ ਇਹ ਮਰ ਗਈ ਹੋਵੇ, ਵਾਧਾ ਘਟਾਵਾ ਹੋਵੇ? ਮਰਦੀਆਂ ਵੀ ਰਹਿੰਦੀਆਂ, ਇਲਾਜ ਵੀ ਕਰਾਉਂਦੇ ਰਹਿੰਦੇ ਆ। ਅੱਛਾ, ਨੁਕਸਾਨ ਵਾਧਾ ਘਟ ਵਿੱਚ ਹੀ ਹੁੰਦੇ ਨੇ? ਵਿੱਚੇ ਹੁੰਦੇ ਨੇ। ਅੱਛਾ, ਇਹਨਾਂ ਬੱਕਰੀਆਂ ਭੇਡਾਂ ਕਾਰੋਬਾਰ ਦੇ ਵਿੱਚੋਂ, ਹਾਂਜੀ, ਤੁਸੀਂ ਕੀ ਕੁਝ ਪਾਇਆ ਤੇ ਕੀ ਕੋਈ ਖੋਇਆ? ਬੜਾ ਕੋਈ ਪਾਇਆ, ਬੜਾ ਕੋਈ, ਅੱਲਾ ਦਾ ਸ਼ੁਕਰ ਹੈ, ਰੱਬ ਦਾ ਦਿੱਤਾ ਸਭ ਕੁਝ ਹੈ। ਨਹੀਂ, ਫਿਰ ਵੀ ਹੁੰਦਾ ਨਾ ਮਸਾਲ, ਕੀ ਕੰਮ ਤੁਸੀਂ ਇਹਨਾਂ ਭੇਡਾਂ ਬੱਕਰੀਆਂ ਦੇ? ਤੁਹਾਨੂੰ ਦੱਸਿਆ ਬੱਚੇ ਪਾਲਣੇ ਆ, ਭੈਣਾਂ ਬਿਰਾਵਾਂ ਨਾਲ ਵਰਤਣਾ, ਖੁਸ਼ੀ ਗਮੀ ਹੁੰਦੀ, ਸਾਰਾ ਕੁਝ ਹੁੰਦਾ, ਇੱਕ ਇੱਕ ਕਮਾਉਣਾ ਮਗਦਾ ਦਾ ਜੀ ਖਾਵਣ ਵਾਲੇ। ਹਾਂ, ਇਹ ਤਾਂ ਗੱਲ ਹੈ, ਮਾਸ਼ਾਅੱਲਾ। ਇਹ ਸਾਰੇ ਤੁਸੀਂ ਜਿਹੜੇ ਮਿਸਾਲ 100 ਭੇਡ ਹੈ, ਇਹ ਤੁਹਾਡੀ ਜਾਤੀ ਹੈ ਜਾਂ ਕਿਸੇ ਬਾਅਦ ਦਫ਼ਾ ਸੀਰ ਦੇ ਲੋਕ ਰੱਖਦੇ ਨੇ? ਸੀਰ ਦੀਆਂ ਵੀ ਹਨ, ਜਾਤੀ ਵੀ ਹਨ, ਸਾਰਾ ਕੁਝ ਵਿੱਚ ਹੀ ਹੈ। ਅੱਛਾ, ਸੀਰ ਦਾ ਤਰੀਕੇਕਾਰ ਕੀ ਹੁੰਦਾ? ਫਿਰ ਸੀਰ ਦਾ ਤਰੀਕੇਕਾਰ ਇਹ ਹੁੰਦਾ ਵੀ ਤੁਸੀਂ 25 ਹਜ਼ਾਰ ਦੀ ਭੇਡ ਲਈ ਹੁੰਦਾ, 25 ਹਜ਼ਾਰ ਟੱਕ ਪੈ ਗਿਆ। ਅੱਛਾ, ਉਹ ਤੁਸੀਂ ਵਿੱਚੋਂ ਚੱਕ ਲੈਣਾ, ਬਾਕੀ ਅੱਧੋ ਅੱਧ। ਬਾਕੀ ਅੱਧੋ ਅੱਧ? ਹਾਂਜੀ। ਅੱਛਾ ਅੱਛਾ, ਲੇਲੀ ਨਹੀਂ ਵੇਚਣੀ, ਲੇਲਾ ਵੇਚ ਲੈਣਾ। ਲੇਲੀ ਨਹੀਂ ਵੇਚਣੀ, ਲੇਲਾ ਵੇਚ ਲੈਣਾ? ਲੇਲਾ ਵੇਚਣਾ, ਉਹ ਤੁਹਾਡੀ ਰਜ਼ਾਮੰਦਗੀ ਨਾ। ਅੱਛਾ ਅੱਛਾ ਅੱਛਾ, ਮੈਂ ਹੁਣ ਤੁਹਾਡੇ ਭਰਾ ਕੋਲ ਇਹ ਪੁੱਛਣਾ ਚਾਹੁੰਦਾ,
ਭੇਡਾਂ ਜਾਂ ਬੱਕਰੀਆਂ ਘਰੇ ਪਾਲਣੀਆਂ ਸੌਖੀਆਂ ਨੇ ਜਾਂ ਬਾਹਰ ਪਾਲਣੀਆਂ ਸੌਖੀਆਂ ਨੇ? ਬਾਹਰ ਪਾਲਣੀਆਂ ਸੌਖੀਆਂ ਨੇ, ਬਾਹਰ ਜੂੰ ਇਹ ਫਿਰਨ। ਮਿਸਾਲ ਜਦੋਂ ਬਾਰਿਸ਼ ਆ ਜਾਂਦੀ ਹੈ, ਮੁਸਲਸਲ ਬਾਰਿਸ਼ ਹੁੰਦੀ ਹੈ, ਉਦੋਂ ਸਬਜ਼ ਚਾਰਾ ਤੁਸੀਂ ਪਾਉਂਦੇ ਜੀ ਆ ਬਾਹਰ ਹੀ ਚਰਾਉਂਦੇ? ਬਾਹਰ ਹੀ ਚਰਾਉਂਦੇ, ਮੂੰਹ ਦੇ ਚਰੇ ਤੇ ਰਹਿੰਦੀਆਂ ਮੂੰਹ। ਤੁਸੀਂ ਆਪਦਾ ਇੱਕ ਦਿਨ ਨਹੀਂ ਕਦੇ ਆਪਦਾ ਸਬਜ਼ ਚਾਰਾ ਮੁੱਲ ਲੈ ਪਾਇਆ ਇਹਨਾਂ ਨੂੰ? ਨਹੀਂ, ਕਦੇ ਨਹੀਂ ਪਾਇਆ, ਕਦੇ ਅੱਜ ਪਾ ਲਵੀ ਆ ਤਾਂ, ਵਰਨਾ ਕੋਈ ਨਹੀਂ, ਨਹੀਂ ਤਾਂ ਕੋਈ ਨਹੀਂ। ਅੱਛਾ ਅੱਛਾ, ਮੇਰੇ ਦੋਸਤਾਂ ਭਾਈਆਂ ਨੂੰ ਕੀ ਮਸ਼ਵਰਾ ਦਿਓਗੇ, ਜਿਹੜੇ ਦੋਸਤ ਹਜ਼ਰਾਤ ਅਕਸਰ ਤੁਸੀਂ ਸੁਣਿਆ ਹੋਣਾ ਤੇ ਲੋਕਾਂ ਨੇ ਘਰ ਦੀ ਛੱਤ ਦੇ ਉੱਤੇ ਬੱਕਰੀਆਂ ਰੱਖੀਆਂ ਹੁੰਦੀਆਂ ਨੇ, ਉਹ ਖਿਆਰ ਬੱਕਰੇ ਰੱਖੇ ਹੁੰਦੇ ਨੇ, ਫਾਰਮ ਤਰ੍ਹਾਂ ਫਾਰਮ ਬਣਾਇਆ ਹੁੰਦਾ, ਉਹ ਕੰਮ ਆਸਾਨ ਹੈ ਜਾਂ ਅਹਿਸਾਨ ਹੈ? ਉਹ ਆਪਦੀ ਥਾਂ ਤਾਂ ਸਹੀ ਹੈ, ਇਹ ਆਪਦੀ ਥਾਂ ਤੇ ਬੜਾ ਵੀ ਆਈ ਪੀ ਹੈ। ਇਹ ਯਾਨੀ ਕਿ ਇਹ ਆਪਦੀ ਥਾਂ ਤੇ ਵੀ ਆਈ ਪੀ ਹੈ? ਹਾਂਜੀ, ਉਹ ਆਪਦੀ ਥਾਂ ਤੇ ਵੀ ਆਈ ਪੀ, ਵੈਲ ਜ਼ਿਆਦਾ ਲੈਂਦਾ ਹੈ, ਵੈਲ ਨਹੀਂ ਲੈਂਦੇ। ਸੋ ਉਹ ਵੈਲ ਕਿਸੇ ਤਰੀਕੇ ਹੈ? ਉਹਨੂੰ ਬੰਨ ਕੇ ਪੱਠੇ ਪਾਉਣੇ, ਉਹਨੂੰ ਮੁੱਲ ਲਿਆ ਤਾਂ ਪਾਉਣੇ, ਉਹਨੂੰ ਮੰਡਾ ਪਾਉਣਾ, ਉਹਨੂੰ ਖਲ ਪਾਉਣੀ, ਉਹਨੂੰ ਸਹਿ ਕੋਈ ਕਰਨਾ ਪਾਉਂਦਾ, ਇਹਨਾਂ ਵਿਚਾਰੇ ਮੂੰਹ ਦੇ ਚਰੇ ਤੇ ਰਹਿਣਾ। ਅੱਛਾ, ਇਹਨਾਂ ਮੂੰਹ ਦੇ ਚਰੇ ਤੇ ਰਹਿਣਾ? ਬਿਲਕੁਲ ਜੀ। ਮਿਸਾਲ ਤੌਰ ਇੱਥੇ ਜਿਵੇਂ ਤੁਸੀਂ ਬਾਹਰ ਦੇ ਚਰੇ ਦੇ ਲਈ ਫਿਰਦੇ ਜੇ, ਹਾਂਜੀ, ਖੁਦਾ ਨਾ ਖਾਸਾ ਅੱਲਾ ਨਾ ਕਰੇ ਕੋਈ ਭੇੜ ਜਾਂ ਬੱਕਰੀ ਬਿਮਾਰ ਹੋ ਜਾਂਦੀ ਹੈ, ਹਾਂਜੀ, ਤੁਸੀਂ ਫਿਰ ਫੌਰਨ ਡਾਕਟਰ ਨਾਲ ਰਾਬਤਾ ਕਰਦੇ? ਇਨਸ਼ਾਅੱਲਾ ਉਸੇ ਵੇਲੇ ਫੋਨ ਕਰਾਂਗੇ, 10 ਹੋਵੇਗਾ, ਇੱਥੇ ਆ ਜਾਵੇ ਡਾਕਟਰ, ਪੈਦਾ ਹੋਵੇਗਾ, ਡਾਕਟਰ ਫੌਰੀ ਆ ਜਾਂਦਾ? ਬਿਲਕੁਲ, ਅੱਲਾ ਦਾ ਹੁਕਮ ਨਾਲ। ਸਰਕਾਰੀ ਡਾਕਟਰ ਜਾਂ ਪ੍ਰਾਈਵੇਟ? ਪ੍ਰਾਈਵੇਟ ਸੱਦੀ ਤਾਂ ਸਰਕਾਰੀ ਤਾਂ ਅੱਜ ਕੱਲ੍ਹ ਬਹੁਤ ਅੱਖੇ ਕੋਈ ਨਹੀਂ ਲੱਗਦੇ, ਡਾਕਟਰ ਸਰਕਾਰੀ ਜਾਂਦਾ ਹੀ ਨਹੀਂ ਦਾ, ਨਾ ਵੀ ਨਾ ਲਓ ਜੀ। ਕੀ ਵਜ੍ਹਾ ਕੀ? ਉਹ ਅਸੀਂ ਤਾਂ ਬਹੁਤ ਸਾਰੇ ਮਾਲ ਵੀ ਵੇਚ ਸਰਕਾਰੀ, ਰਿਜ਼ਲਟ ਕਰਾਈ ਰੱਖੇ ਹਨ ਬੱਕਰੇ ਵੀ, ਉਸੇ ਵੀ ਸਾਡੇ ਕੋਲ ਸਰਕਾਰੀ ਮੁਲਾਜ਼ਮ ਨਹੀਂ ਆਉਂਦਾ ਡਾਕਟਰ ਕੋਈ ਵੀ। ਅੱਛਾ ਅੱਛਾ, ਇਸ ਗੱਲੋਂ ਅਸੀਂ ਇਹਨਾਂ ਸਰਕਾਰੀ ਮੁਲਾਜ਼ਮਾਂ 'ਚ ਰੱਜੇ ਪਏ ਹਾਂ। ਰੱਜੇ ਆ ਜੇ? ਹਾਂਜੀ। ਅੱਛਾ, ਪ੍ਰਾਈਵੇਟ ਸਲਾਹ ਲਿਆ ਰੁਪਈਆ 500-400 ਭਰਿਆ ਅਤੇ ਚੁਪਕਾ ਤੇ ਆਪਦਾ ਬਾਹਰੂ ਨੂੰ ਸੈੱਟ ਕਰਾ ਤੇ ਅਗਾਂਹ ਲਗਾ ਗਿਆ। ਸਹੀ ਗੱਲ ਹੈ, 20,000 ਬਿਲਕੁਲ ਤੁਹਾਡੀ ਗੱਲ 100% ਸਹੀ ਹੈ। ਅੱਛਾ, ਹੁਣ ਕੋਈ ਦੋਸਤ ਹਜ਼ਰਾਤ ਕੰਮ ਕਰਨਾ ਚਾਹੁੰਦਾ ਹੋਵੇ, ਕਿੰਨੀਆਂ ਭੇਡਾਂ ਤੋਂ ਤਕਰੀਬਨ ਆਪਦਾ ਕੰਮ ਇਹ ਸ਼ੁਰੂ ਕਰੇ? ਭੇਡਾਂ ਪਾਲਣੀਆਂ ਸੌਖੀਆਂ ਨੇ ਜਾਂ ਬੱਕਰੀਆਂ ਪਾਲਣੀਆਂ ਸੌਖੀਆਂ ਨੇ? 10 ਭੇਡਾਂ ਕਰ ਲਵੇ, 5 ਬੱਕਰੀਆਂ ਕਰ ਲਵੇ, 15-12 ਸਟਾਰਟਿੰਗ ਕੰਮ ਕਰ ਲਵੇ ਤੇ ਤੋੜ ਬਣ ਜਾਂਦਾ, ਪਤਾ ਲੱਗਾ ਚੱਲੇ ਮਾਲ ਸਹੀ ਚਰੇਗਾ। ਬਿਲਕੁਲ, ਮਾਲ ਸਹੀ ਚਰੇਗਾ, ਬਿਲਕੁਲ ਸਹੀ ਕੰਮ ਹੋਵੇਗਾ। ਅੱਛਾ ਅੱਛਾ, ਯਾਨੀ ਕਿ ਉਹ ਫਾਇਦੇ 'ਚ ਰਹੇਗਾ, ਉਹ ਬਾਹਰਲੇ ਚਰੇ 'ਚ ਰਹੇ ਕਿ ਜਾਂ ਅੰਦਰਲੇ ਚਰੇ 'ਚ ਰਹੇ ਜਾਂ ਫਿਰ ਫਾਰਮ ਛੱਤ ਦੇ ਉੱਤੇ ਕੋਈ ਫਾਰਮ ਬਣਾਇਆ ਹੋਵੇ ਉਹਦੇ 'ਚ ਰਹੇ? ਉਹ ਜਿਹੜੇ ਕਿਸੇ ਦਿਲ 'ਤੇ ਰੱਖ ਸਕਦਾ। ਮਤਲਬ ਤੁਹਾਡੇ ਗੱਲ ਕਰਨ ਦਾ ਕਿ ਤੁਸੀਂ ਕਿਸੇ ਚੀਜ਼ 'ਤੇ ਵੀ ਤੁਸੀਂ ਰੱਖ ਸਕਦੇ ਜੀ? ਬਿਲਕੁਲ ਜੀ, ਬਾਹਰ ਰੱਖ ਸਕਦਾ, ਅੰਦਰ ਰੱਖ ਸਕਦਾ, ਉਹ ਤਾਂ ਹਿਫਾਜ਼ਤ ਦੀ ਗੱਲ ਹੈ ਨਾ। ਹਾਂਜੀ ਹਾਂਜੀ, ਠੀਕ ਹੋ ਗਿਆ। ਨਹੀਂ, ਹੁਣ ਮਿਸਾਲ ਤੋਂ ਜਿਵੇਂ ਤੁਸੀਂ ਆ ਭੇਡਾਂ ਚਰਾ ਰਹੇ ਜੇ, ਹਾਂਜੀ, ਇਹਦੇ ਵਿੱਚ ਕੋਈ ਬੱਕਰੀ ਸੂ ਪੈਂਦੀ ਜਾਂ ਭੇਡ ਸੂ ਪੈਂਦੀ? ਹਾਂਜੀ, ਤੁਹਾਨੂੰ ਤਰੀਕਾ ਇਹਦਾ ਹੈਗਾ ਤਜਰਬਾ? ਬੱਚਾ ਵਾੜੇ ਵੀ ਪਾਲਣਾ ਹੈ, 2 ਮਹੀਨੇ ਪਾਲਣਾ, ਵਾੜੇ ਵਿੱਚ 2 ਮਹੀਨੇ ਤੋਂ ਬਾਅਦ 15-20 ਵਧਣ ਬਣਾ ਜਾਏਗਾ, ਮਾਲ ਦੇ ਨਾਲ ਛਿੜ ਜਾਏਗਾ, ਆਪੇ ਨਾਲ ਬੱਜਾ ਫਿਰੇਗਾ। ਅੱਛਾ ਅੱਛਾ, ਸਹੀ ਹੋ ਗਿਆ। ਬਹੁਤ ਮਿਹਰਬਾਨੀ ਬਾਈ ਜਾਨ, ਥੈਂਕ ਯੂ, ਤੁਸੀਂ ਆਪਦਾ ਕੀਮਤੀ ਟਾਈਮ ਦਿੱਤਾ, ਤੁਸੀਂ ਸਾਨੂੰ ਭੇਡਾਂ ਦੇ ਬਾਰੇ, ਕਾਰੋਬਾਰ ਦੇ ਹਵਾਲੇ ਨਾਲ ਦੋਸਤਾਂ ਨੂੰ ਆਗਾਹ ਕੀਤਾ। ਅਗਰ ਆਪਕੋ ਹਮਾਰੀ ਵੀਡੀਓ ਅੱਛੀ ਲੱਗੇ ਤੋ ਲਾਈਕ ਕਰੇਂ, ਕਮੈਂਟਸ ਕਰੇਂ, ਸ਼ੇਅਰ ਕਰੇਂ, ਤੋ ਦੁਆ ਮੇਂ ਯਾਦ ਰੱਖੇਂ। ਇਜਾਜ਼ਤ ਦੀਜੀਏ ਆਪਣੇ ਬਾਈ ਏਜੀ ਅਦਰ ਖਾਂ ਕੋ। ਅਸਲਾਮ ਅਲੈਕੁਮ ਵਰਹਮਤੁਲਾਹਿ ਵਬਰਕਾਤੁ।